ਗੁਰਬੰਧਪ ਮੇਰਾ ਸਖਾ ਸਖਾਈ ਡੰਡਾਤ ਬੰਦਨ ਅਨਿਕ ਬਾਰ ਸਰਬ ਕਲਾ ਸਮਰਥ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਬੇਸਮਾਰ ਅਥਾਹ ਅਗਨਿਤ ਅਤੁਲ ਜਿਉਂ ਬੁਲਾਵਹੁ ਦੇਵ ਨਾਨਕ ਦਾਸ ਬੋਲੇ ਵਾਹਿਗੁਰੂ ਸਾਹਿਬ ਜੀ ਸ਼ਲੋਕ ਮਹਲਾ 5 ਵਾ ਲਗੜੀ ਸੁਥਾਨ ਜੋੜਨ ਹਾਰੇ ਜੋੜੀਆਂ ਨਾਨਕ ਲਹਿਰੀ ਲਖ ਸੈ ਆਨ ਡੁੱਬਣ ਦੇ ਨਮਾ ਪਿਰੀ ਲੱਕੜੀ ਸੁਥਾਨ ਜੋੜਨ ਹਾਰੈ ਜੋੜੀਆ ਨਾਨਕ ਲਹਿਰੀ ਲਖ ਸੈ ਆਨ ਡੁੱਬਣ ਦੇ ਨਮਾ ਪਿਰੀ ਮਹੱਲਾ ਪੰਜਵਾਂ ਬਨਪਿ ਹਾਵਲੇ ਇਕ ਸਾਥੀ ਲਧਮ ਦੁਖ ਹਰਤਾ ਹਰ ਨਾਮਾ ਬਲ ਬਲ ਜਾਈ ਸੰਤ ਪਿਆਰੇ ਨਾਨਕ ਪੂਰਨ ਕਾਮਾ ਪੌੜੀ ਪਾਇਨੇ ਸਭ ਨਿਧਾਨ ਤੇਰੇ ਰੰਗ ਰਤਿਆ ਨਾ ਹੋਵੀ ਪਛੋਤਾਉ ਤੁਧ ਨੂੰ ਜਪਤਿਆ ਬਹੁਤ ਨਾ ਸਕੈ ਕੋਏ ਤੇਰੀ ਟੇਕ ਜਨ ਗੁਰ ਪੂਰੇ ਵਾਹ ਵਾਹ ਸੁਖ ਲਹਾ ਚਿਤਾਰ ਮਨ ਗੁਰ ਪੈ ਸਿਫਤ ਭੰਡਾਰ ਕਰਮੀ ਪਾਈਐ ਸਤ ਗੁਰ ਨਦਰ ਨਿਹਾਲ ਬਹੁੜਨਾ ਧਾਈ ਐ ਰੱਖੇ ਆਪ ਦਇਆਲ ਕਰਦਾ ਸਾ ਆਪਣੇ ਹਰ 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 ਨਾਮ ਜੀਵਾ ਸੁਣ ਸੁਣੇ ਰਖੇ ਆਪ ਦਇਆਲ ਕਰਦਾ ਸਾ ਆਪਣੀ ਹਰ 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 ਨਾਮ ਜੀਵਾ ਸੁਣ ਸੁਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਤਿ ਸਨਮਾਨ ਤੇ ਸਤਕਾਰਯੋਗ ਸਹਬੇ ਕਮਾਲ ਸਤਗੁਰੂ ਦਸ਼ਾ ਪਾਤਸ਼ਾਹੀਆਂ ਦੀ ਜਾਗਦੀ ਜੋ ਤਖਤ ਚਵਰੇ ਸ਼ਤਰ ਕੇ مالک ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਜੇ ਹੋਏ ਪਾਵਨ ਦਰਬਾਰ ਦੇ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਵਚਨਾਂ ਨੂੰ ਸਰਵਣ ਕਰਦੇ ਹੋਏ ਆ ਆਪਣੇ ਜੀਵਨ ਨੂੰ ਸਫਲ ਕਰ ਰਹੀ ਗੁਰੂ ਕੀ ਸਾਜੀ ਅਤੇ ਨਿਵਾਜੀ ਗੁਰੂ ਸ਼ਵਾਰੀ ਗੁਰੂ ਪਿਆਰੀ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਵਡੇ ਬਾਗਾਂ ਵਾਲੇ ਹੋ ਰੋਜ਼ਾਨਾ ਦੀ ਤਰ੍ਹਾਂ ਸਮਾਹ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉਪਾਵਨ ਵਚਨ ਜੋ ਸਾਡੇ ਮੂਲ ਸਥਾਨ ਤੋਂ ਸਾਨੂੰ ਪ੍ਰਾਪਤ ਹੁੰਦੇ ਨੇ ਉਹਨਾਂ ਦੀ ਵਿਚਾਰ ਦਾ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਵਨ ਦਰਬਾਰ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਤੋਂ ਅੰਮ੍ਰਿਤ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਾਵਨ ਹੁਕਮਨਾਮੇ ਦੀ ਬਖਸ਼ਿਸ਼ ਕੀਤੀ ਹੈ ਜੋ ਆਪ ਜੀ ਨੇ ਹੁਣੇ-ਹੁਣੇ ਸਰਵਣ ਕੀਤਾ ਹੈ ਅੱਜ ਜੋ ਜੇਤ ਮਹੀਨੇ ਦਾ ਦੂਸਰਾ ਦਿਨ ਹੈ ਔਰ ਅੰਮ੍ਰਿਤ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪ੍ਰਕਾਸ਼ਵਾਨ ਹੋ ਕਰਕੇ ਬੜੇ ਕਮਾਲ ਦੀ ਸ਼ੋਜੀ ਬਖਸ਼ਿਸ਼ ਕੀਤੀ ਹੈ। ਇਨਸਾਨ ਨੇ ਅਗਰ ਅਧਿਆਤਮਿਕ ਸ਼ਿਖਰ ਦੀ ਪਹੁੰਚ ਬਣਾਉਣੀ ਹੋਵੇ। ਅਥਵਾ ਅਧਿਆਤਮਿਕ ਸ਼ਿਖਰਤਾ ਤੇ ਪਹੁੰਚਣਾ ਹੋਵੇ ਤੇ ਉਹ ਸਮੇਂ ਇਸ ਇਨਸਾਨ ਨੂੰ ਗੁਰੂ ਦੀ ਲੋੜ ਹੋਇਆ ਕਰਦੀ ਹੈ। ਗੁਰਦੇਵ ਪਾਤਸ਼ਾਹ ਜੀ ਅਗਰ ਗੁਰੂ ਨਦਰ ਕਰ ਦੇਵੇ कृपा दृष्टि हो जावे ते निशान दी जीव दी सिख दी पहुंच जेडी है उस निरंकार ਦੇ ਦਰਬਾਰ ਦੇ ਵਿੱਚ ਉਸ સ્થાન ਤੇ ਪਹੁੰਚਾਇਆ ਕਰਦੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਵਚਨ ਅਸੀਂ ਪੜਦੇ ਹਾਂ ਜਿਨ ਕੋ ਨਦਰ ਕਰਮ ਤਨਕਾਰ ਨਾਨਕ ਨਦਰੀ ਨਦਰ ਨਿਹਾਲ ਜਿਨ੍ਹਾਂ ਦੇ ਉੱਪਰ ਰਹਿਮਤ ਹੋਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਜਾਹੇ ਉਹ ਕਿਛੇ ਵੀ ਰੂਪ ਦੇ ਵਿੱਚ ਹੋਵੇ ਜਾ ਕੋ ਨਦਰ ਸਭ ਕੋ ਨਦਰ ਪ੍ਰਭ ਤੇਰੀ ਕਿਛੇ ਥੋੜੀ ਕਿਛੇ ਹੈ ਕਨੇਰੀ ਸਭ ਉੱਪਰ ਨਦਰ ਪ੍ਰਭ ਤੇਰੀ ਕਿਛੇ ਥੋੜੀ ਕਿਛੇ ਹੈ ਕਨੇਰੀ ਸਾਰਿਆਂ ਦੇ ਉੱਪਰ ਹੈ ਤਾਂ ਹੈ ਪਰ ਜਿਹੜਾ ਇਹ ਇਨਸਾਨ ਆਪਣੇ ਗੁਰੂ ਚਰਨਾਂ ਦੇ ਨਾਲ ਜੁੜ ਜਾਇਆ ਕਰਦਾ ਹੈ ਗੁਰੂ ਹੀ ਅ제ਹਾ ਸ਼ੋਮਾ ਹੈ ਜੋ ਉਸ ਨਿਰੰਕਾਰ ਦੇ ਨਾਲ ਇਸ ਦੀ ਪਹੁੰਚ ਬਣਾ ਦਿਆ ਕਰਦਾ ਹੈ ਉਸ ਨਿਰੰਕਾਰ ਦੇ ਨਾਲ ਜੋੜਿਆ ਕਰਦਾ ਹੈ ਗੁਰੂ ਨੇ ਗਿਆਨ ਦੀ ਬਖਸ਼ਿਸ਼ ਕਰਨੀ ਹੈ ਉਹ ਗਿਆਨ ਦੇ ਰਾਹੀ ਉਹ ਸਾਰਜ ਨੂੰ ਕਰਦਿਆਂ ਹੋਇਆ ਆਪਣੇ ਜੀਵਨ ਦੇ ਵਿੱਚ ਉਹ ਕਮਾਈ ਕਰਦਿਆਂ ਹੋਇਆ ਇਨਸਾਨ ਉਸ ਨਿਰੰਕਾਰ ਦੇ ਕੋਲ ਪਹੁੰਚਦਾ ਹੈ ਔਰ ਇਹ ਸੰਸਾਰ ਦੇ ਵਿੱਚ ਗੁਰੂਕਾਰ ਜੀ ਇਸੇ ਲਈ ਆਏ ਨੇ अनेका ਇਨਸਾਨ ਜਿਹੜੇ ਉਸ ਨਿਰੰਕਾਰ ਦੇ ਨਾਲੋਂ ਟੁੱਟੇ ਹੋਏ ਨੇ अनेका ਇਨਸਾਨ ਜੋ ਟੁੱਟੇ ਹੋਏ ਸਨ ਉਹਨਾਂ ਨੂੰ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਪਹਿਲੇ ਪਾਤਸ਼ਾਹ ਧੰਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਲੈ ਕਰਕੇ ਦਸਵੇਂ ਪਾਤਸ਼ਾਹ ਤੱਕ ਸਰੀਰ ਰੂਪ ਦੇ ਵਿੱਚ ਔਰ ਆਜ ਦੇ ਸਮੇਂ ਦੇ ਅਨੁਸਾਰ ਸਤਿਗੁਰ ਸੱਚੇ ਪਤਸ਼ਾਹ ਸ਼ਬਦ ਰੂਪ ਦੇ ਵਿੱਚ ਉਸ ਨਿਰੰਕਾਰ ਦੇ ਨਾਲ ਜੋੜਦੇ ਨੇ। ਗੁਰਨਾਰਕ ਸਿੰਘ ਮਹਾਰਾਜ ਜੀ ਨੇ ਬੜੀ ਜਗ੍ਹਾ ਵਿਚਰ-ਵਿਚਰ ਕਰਕੇ ਉਸ ਨਿਰੰਕਾਰ ਦੇ ਨਾਲੋਂ ਟੁੱਟੀਆਂ ਹੋਈਆਂ ਰੂਹਾਂ ਜਿਨ੍ਹਾਂ ਦੀ ਬਿਰਤੀ ਉਸ ਨਿਰੰਕਾਰ ਦੇ ਨਾਲੋਂ ਟੁੱਟੀ ਹੋਈ ਹੈ। ਉਨਾਂ ਨੂੰ ਸਤਬਦੀ ਬਖਸ਼ ਕਰਕੇ ਸ਼ਬਦ ਦੇ ਨਾਲ ਜੋੜ ਕਰਕੇ ਸ਼ਬਦ ਦਾ ਆਸਰਾ ਦੇ ਕਰਕੇ ਉਸ ਨਿਰੰਕਾਰ ਦੇ ਨਾਲ ਜੋੜ ਦਿੱਤਾ। ਅਰੇ ਇਹ ਅਲੱਗ ਬਾਤ ਹੈ ਵੀ ਗੁਰੂ ਨੇ ਨਦਰ ਕੇਦੇ ਉੱਪਰ ਕਰਨੀ ਹੈ, ਕਿਰਪਾ ਦ੍ਰਿਸ਼ਟੀ ਕੇਦੇ ਉੱਪਰ ਹੋਣੀ ਹੈ। ਇੱਕ ਬਾਲਕ ਦੇ ਉੱਪਰ ਵੀ ਹੋ ਸਕਦੀ ਹੈ, ਇੱਕ ਬਜ਼ੁਰਗ ਦੇ ਉੱਪਰ ਵੀ ਹੋ ਸਕਦੀ ਹੈ, ਇੱਕ ਨੌਜਵਾਨ ਦੇ ਉੱਪਰ ਵੀ ਹੋ ਸਕਦੀ ਹੈ। ਸ਼ਮਾ ਕੋਈ ਨਿਸ਼ਚਿਤ ਨਹੀਂ। ਸਤਿਗੁਰੂ ਗੁਰਦੇਵ ਪਾਤਸ਼ਾਹ ਜੀ ਮਹਾਰਾਜ ਬਚਪਨ ਦੇ ਵਿੱਚ ਹੀ ਕਿਸੇ ਦੇ ਉੱਪਰ ਕਿਰਪਾ ਦ੍ਰਿਸ਼ਟੀ ਕਰ ਦਿੰਦੇ ਨੇ ਉਹ ਬਚਪਨ ਤੋਂ ਹੀ ਉਸ ਨਿਰੰਕਾਰ ਦੇ ਨਾਲ ਜੁੜ ਜਾਇਆ ਕਰਦਾ ਹੈ। ਔਰ ਜੁੜਿਆ ਹੋਇਆ ਇਹ ਇਨਸਾਨ ਜਿਹੜਾ ਉਸ ਨਿਰੰਕਾਰ ਦੇ ਨਾਲ ਉਸ ਨੂੰ ਤੋੜਨਾ ਬੜਾ ਮੁਸ਼ਕਲ ਹੈ। ਜੈਂਤ ਕਹਿ ਲਈਏ ਜਿਸ ਨੇ ਉਸ ਰੰਗਕਾਰ ਦੇ ਨਾਮ ਦਾ ਆਨੰਦ ਮਈ ਰਸ ਸਖਿਆ ਹੈ ਉਸ ਰਸ ਤੋਂ ਬਿਨਾਂ ਉਹ ਰਹਿ ਨਹੀਂ ਸਕਦਾ ਭਾਬੋ ਉਸ ਨੂੰ ਥੋੜੇ ਜਾਂ ਨਹੀਂ ਜਾ ਸਕਦਾ ਸਤਿਗੁਰੂ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨਦਰ ਕਰਦੇ ਰਹੇ ਨੇ ਇੱਕ ਬਾਲਕ ਤੇ ਕੀਤੀ ਹੈ ਬੱਚੇ ਤੇ ਕੀਤੀ ਹੈ ਗਰੀਬ ਕਰਦਾ ਹੈ ਗਰੀਬ ਪਰਿਵਾਰ ਦੇ ਵਿੱਚ ਪਲਦਾ ਹੈ ਜੰਗਲ ਦੇ ਵਿੱਚ ਮੱਝियां ਚਾਰ ਰਹੀ ਹੈ ਤੇ ਉਧਰੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਸਾਥੀਆਂ ਸਮੇਤ ਪਹੁੰਚੇ ਨੇ ਉਸ ਜੰਗਲ ਦੇ ਕਿਨਾਰੇ ਹੀ ਬੈਠ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਕੀਰਤਨ ਆਰੰਭ ਕਰ ਦਿੱਤਾ ਬਾਣੀ ਉਚਾਰਨ ਕੀ ਕਰਨੀ ਆਰੰਭ ਕੀਤੀ ਹੈ ਜਿਹਦੇ ਅੰਦਰ ਪਿਆਸ ਹੋਇਆ ਕਰਦੀ ਹੈ ਜਲ ਤਉ ਹੋਈ ਸ਼ਕੇਗਾ ਜਿਹਦੇ ਅੰਦਰ ਭੁੱਖ ਹੋਵੇਗੀ ਅੰਨ ਉਹ ਹੀ ਛਕੇਗਾ ਜਿਹਦੇ ਅੰਦਰ ਉਸ ਪ੍ਰਮਾਤਮਾ ਦੇ ਨਾਮ ਦਾ ਪ੍ਰੇਮ ਹੋਵੇਗਾ ਉਹ ਪ੍ਰੇਮ ਪੈਦਾ ਹੋ ਜਾਇਆ ਕਰਦਾ ਹੈ ਜੇ ਸੁੱਤਾ ਹੈ ਇਹ ਪ੍ਰੇਮ ਗੁਰੂ ਦੇ ਚਰਨਾਂ ਦੇ ਨਾਲ ਜੁੜਿਆ ਹੋਇਆ ਇਨਸਾਨ ਆਪਣੇ ਪ੍ਰੇਮ ਨੂੰ ਪ੍ਰਕਾਸ਼ਵਾਨ ਕਰ ਲੈਂਦਾ ਹੈ ਬੱਚਾ ਸਤਗੁਰੂ ਸੱਚੇ ਪਾਤਸ਼ਾਹ ਜੀ ਵੱਲ ਆਇਆ ਤੇ ਸਤਗੁਰੂ ਮਹਾਰਾਜ ਜੀ ਨੇ ਕੀਰਤਨ ਦੀ ਹੈ ਜੇਹੀ ਝੜੀ ਲਾਈ ਉਸ ਬੱਚੇ ਦਾ ਜੀਵਨ ਹੀ ਬਦਲੀ ਕਰ ਦਿੱਤਾ ਇੱਕ ਪਾਸੇ ਤਾਂ ਗਰੀਬ ਹੈ ਔਰ ਦੂਸਰੇ ਪਾਸੇ ਨਿਰੰਕਾਰ ਦੇ ਚਰਨਾਂ ਦੇ ਨਾਲ ਪ੍ਰੇਮ ਹੈ ਮਨ ਦੇ ਵਿੱਚ ਅੱਜ ਕਿਰਪਾ ਦ੍ਰਿਸ਼ਟੀ ਕੀਤੀ ਅਗਲੇ ਦਿਨ ਹੀ ਰਾਜੇ ਮਹਾਰਾਜੇ ਦੀ ਗੁਰਤਾ ਰਾਜੇ ਦੀ ਗੱਦੀ ਪ੍ਰਾਪਤ ਹੋ ਗਈ ਆਪਣਾ ਜੀਵਨ ਜਿਹੜਾ ਹੈ ਉਸ ਨਿਰੰਕਾਰ ਨੂੰ ਸਮਰਪਿਤ ਕਰ ਦਿੱਤਾ ਉਸ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੱਜ ਜੋ ਪਾਵਨ ਵਚਨ ਬਖਸ਼ਿਸ਼ ਕੀਤੇ ਨੇ ਉਹਨਾਂ ਵਚਨਾਂ ਨੂੰ ਮਹਾਰਾਜ ਜੀ ਨੇ ਰਾਗ ਗੁਜਰੀ ਦੀ ਵਾਰ ਦੇ ਵਿੱਚੋਂ ਲਿਆ ਹੈ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਉਚਾਰਣ ਕੀਤੀ ਹੋਈ ਵਾਰ ਹੈ ਪੌੜੀਆਂ ਗੁਰੂ ਅਰਜਨ ਦੇ ਮਹਾਰਾਜ ਜੀ ਪਾਤਸ਼ਾਹ ਜੀ ਦੀਆਂ ਉਚਾਰਣ ਕੀਤੀਆਂ ਹੋਈਆਂ ਨੇ ਸ਼ਲੋਕ ਵੀ ਜੋ ਅੱਜ ਸਾਨੂੰ ਹੁਕਮਨਾਮੇ ਦੇ ਰੂਪ ਦੇ ਵਿੱਚ ਪ੍ਰਾਪਤ ਹੋਏ ਨੇ ਉਹ ਵੀ ਪੰਜਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਨੇ ਜਿਨ੍ਹਾਂ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਹੈ ਦਰਸਾਇਆ ਹੈ ਕਿ ਮੈਨੂੰ ਜੋੜਿਆ ਹੈ ਉਸ ਨਰੰਕਾਰ ਦੇ ਨਾਲ ਮੇਰੇ ਗੁਰਦੇਵ ਪਾਤਸ਼ਾਹ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਔਰ ਇਹੋ ਜਿਹੇ ਜੜਿਆਂ ਹਾਂ ਇਸ ਸੰਸਾਰ ਦੇ ਵਿੱਚ ਇਨਸਾਨ ਜਦੋਂ ਉਸ ਨਿਰੰਕਾਰ ਦੇ ਨਾਲੋਂ ਟੁੱਟਦਾ ਹੈ ਟੁੱਟਣ ਦਾ ਕਾਰਨ ਹੋਇਆ ਕਰਦਾ ਹੈ ਵਿਸ਼ੇ ਵਿਕਾਰ ਇਸ ਸੰਸਾਰ ਦੀਆਂ ਬਾਸ਼ਨਾਵਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਸ ਸੰਸਾਰ ਦੇ ਨਾਲ ਪਿਆਰ ਪ੍ਰੇਮ ਉਸ ਨਿਰੰਕਾਰ ਦੇ ਨਾਲ ਮਨ ਦੇ ਵਿੱਚੋਂ ਪ੍ਰੇਮ ਟੁੱਟ ਜਾਣਾ ਪ੍ਰੇਮਤਾ ਕਰਦਾ ਹੈ ਇਨਸਾਨ ਇੱਕ ਪਾਸੇ ਜਾਂ ਤਾਂ ਸੰਸਾਰ ਦੇ ਨਾਲ ਕਰ ਰਿਹਾ ਹੈ ਪਦਾਰਥਾਂ ਦੇ ਨਾਲ ਕਰ ਰਿਹਾ ਹੈ ਜਾਂ ਨਿਰੰਕਾਰ ਦੇ ਨਾਲ ਕਰ ਰਿਹਾ ਹੈ ਫਰਕ ਇਹ ਨਾ ਹੈ ਪਦਾਰਥਾਂ ਦੇ ਨਾਲ ਪ੍ਰੇਮ ਕਰਨ ਵਾਲਾ ਇਨਸਾਨ ਪਦਾਰਥਵਾਦੀ ਹੋ ਕਰਕੇ ਆਪਣੇ ਜੀਵਨ ਨੂੰ ਇਸ ਸੰਸਾਰ ਦੇ ਵਿੱਚ ਹੀ ਅਸਫਲ ਕਰ ਲਿਆ ਕਰਦਾ ਹੈ ਨਿਰੰਕਾਰ ਦੇ ਨਾਲ ਪ੍ਰੇਮ ਕਰਨ ਵਾਲਾ ਇਨਸਾਨ ਉਦੇ ਜੀਵਨ ਦੇ ਵਿੱਚ ਪਦਾਰਥਾਂ ਦੀ ਵੀ ਕਦੀ ਘਾਟ ਨਹੀਂ ਰਿਆ ਕਰਦੀ ਬਹੁਤਾਦ ਹੋ ਜਾਇਆ ਕਰਦੀ ਹੈ। ਔਰ ਉਹ ਇਸ ਸੰਸਾਰ ਦੇ ਵਿੱਚ ਆਣ ਕਰਕੇ ਅਸਲੀ ਆਨੰਦ ਨੂੰ ਵੀ ਪ੍ਰਾਪਤ ਕਰ ਲਿਆ ਕਰਦਾ ਹੈ। ਜਿਸ ਸਮੇ ਗੁਰਦੇਵ ਪਾਤਸ਼ਾਹ ਜੀ ਬਖਸ਼ਿਸ਼ ਕਰ ਦਿੰਦੇ ਨੇ ਫਿਰ ਜਿੰਨੇ ਮਰਜ਼ੀ ਇਨਸਾਨ ਦੇ ਜੀਵਨ ਦੇ ਵਿੱਚ ਵਿਸ਼ੇ ਵਿਕਾਰਾਂ ਰੂਪੀ ਰੁਕਾਵਟਾਂ ਹੋਵਣ ਉਹ ਰੁਕਾਵਟਾਂ ਉਸ ਨਿਰੰਕਾਰ ਦੇ ਚਰਨਾਂ ਦੇ ਨਾਲੋਂ ਜੁੜਨ ਦੇ ਲਈ ਕਦੀ ਵੀ ਇਨਸਾਨ ਨੂੰ ਰੁਕਾਵਟ ਬਣ ਕਰਕੇ ਔ ਰੁਕਾਵਟ ਪੈ ਕਰਕੇ ਤੋੜ ਨਹੀਂ ਸਕਦੀ ਆ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਫਰਮਾਨ ਕੀਤਾ ਹੈ ਸਲੋਕ ਮਹੱਲਾ ਪੰਜਵਾ ਪੰਮੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਸ਼ਲੋਕ ਲਗੜੀ ਸੁਥਾਨ ਜੋੜਨ ਹਾਰੇ ਜੋੜੀਆ ਜੋੜਨ ਹਾਰੇ ਗੁਰਦੇਵ ਪਾਤਸ਼ਾਹ ਜੀ ਨੇ ਇਹੋ ਜਿਹਾ ਜੋੜਿਆ ਹੈ ਕਹਿਣ ਲੱਗੇ ਵੀ ਮੇਰੀ ਵਰਤੀ ਜਿਹੜੀ ਸੀ ਉਹ ਪਹਲੇਸਥਾਨ ਦੇ ਉੱਪਰ ਭਾਵ ਉਸ ਨਿਰੰਕਾਰ ਦੇ ਚਰਨਾਂ ਦੇ ਨਾਲ ਜੁੜ ਗਈ। ਜੋੜਨ ਵਾਲਾ ਤਾਕਤਵਰ ਹੋਵੇ, ਜੁੜਨ ਵਾਲਾ ਤਾਕਤਵਰ ਹੋਵੇ। ਜੋੜਨ ਵਾਲਾ ਸ਼ਬਦ ਦੀ ਤਾਕਤ ਨੂੰ ਜਾਣਦਾ ਹੋਵੇ ਔਰ ਸ਼ਬਦ ਦੀ ਤਾਕਤ ਦੇ ਰਾਹੀ ਜੋੜਨ ਵਾਲਾ ਗੁਰੂ ਰੂਪ ਹੋਵੇ। ਉਹ ਗੁਰਦੇਵ ਜੋੜਨ ਵਾਲਾ ਜੁੜਨ ਵਾਲੇ ਨੂੰ ਜੋੜਦਿਆ ਕਰਦਾ ਏ ਔਰ ਇਹੋ ਜਿਹਾ ਜੋੜਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਹਿੰਦੇ ਨਾਨਕ ਲਹਿਰੀ ਲਖ ਸਿਆਨ ਡੁੱਬਣ ਦੇ ਨਾ ਮਾ ਪਰੀ ਮੇਰਾ ਪਿਆਰਾ ਲਖਾਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀਆਂ ਲਹਿਰਾਂ ਇਸ ਸੰਸਾਰ ਦੇ ਵਿੱਚ ਵਕਦੀਆਂ ਰਹਿਣ ਜਿਵੇਂ ਸਮੇਂ ਤੂਫਾਨ ਆਉਂਦਾ ਹੈ ਨਾ ਕਈ ਵਾਰੀ ਇਨਸਾਨ ਆਪਣੀ ਮੰਜ਼ਿਲ ਵੱਲੋਂ ਜਾ ਰਿਹਾ ਹੁੰਦਾ ਹੈ ਤੂਫਾਨ ਆਇਆ ਤੂਫਾਨ ਦੇ ਕਾਰਨ ਉਸ ਦਾ ਰਸਤਾ ਜਿਹੜਾ ਹੈ ਬਦਲ ਜਾਇਆ ਕਰਦਾ ਹੈ ਉਹ ਸਿਰਫ ਤੇ ਸਿਰਫ ਉਸ ਸਮੇਂ ਤੂਫਾਨ ਤੋਂ ਬਚਣ ਦੀ ਕੋਸ਼ਿਸ਼ ਕਰਦਾ ਹੈ ਆਪਣਾ ਬਚਾਅ ਕਰਦਾ ਹੈ ਆਪਣੀ ਮੰਜ਼ਲ ਦਾ ਧਿਆਨ ਨਹੀਂ ਰੱਖਦਾ ਪਰ ਜਦ ਸਮੇਂ ਗੁਰਦੇਵ ਪਾਤਸ਼ਾਹ ਜੀ ਇਸ ਨੂੰ ਉਸ ਮੰਜ਼ਲ ਦੇ ਨਾਲ ਜੋੜ ਦਿੰਦੇ ਨੇ ਉਸ ਸਥਾਨ ਦੇ ਨਾਲ ਜੋੜ ਦਿੰਦੇ ਨੇ ਮਹਾਰਾਜ ਜੀ ਕਹਿੰਦੇ ਨੇ ਵੀ ਲੱਖਾਂ ਲਹਿਰਾ ਆਉਣ ਮੇਰਾ ਗੁਰਦੇਵ ਮੇਰੇ ਪਿਆਰ ਵਾਲਾ ਗੁਰੂ ਡੁੱਬਣ ਦੇ ਨਾ ਮਾਪਰੀ ਮੈਨੂੰ ਡੁੱਬਣ ਨਹੀਂ त्याਖਰਦਾ ਉਹਨਾਂ ਲਹਿਰਾਂ ਦੇ ਵਿੱਚ ਸਮੁੰਦਰ ਦੇ ਵਿੱਚ ਬੇੜਾ ਜਾ ਰਿਹਾ ਹੋਵੇ ਤੇ ਉਹ ਸਮੇਂ ਬੇੜੇ ਦੇ ਮਾਲਕ ਜਾਂ ਬੇੜੇ ਦੇ ਉੱਪਰ ਸਵਾਰ ਜਿਹੜੇ ਨੇ ਉਹਨਾਂ ਨੂੰ ਇਸ ਗੱਲ ਦੀ ਚਿੰਤਾ ਲੱਗੀ ਰਹਿੰਦੀ ਹੈ ਵੀ ਕਿਸੇ ਪਾਸੇ ਕਿਸੇ ਪ੍ਰਕਾਰ ਦਾ ਤੂਫਾਨ ਨਾ ਆ ਜਾਵੇ ਸਮੁੰਦਰ ਦੇ ਵਿੱਚ ਔਰ ਅੱਜਕੱਲ ਤਾਂ ਤਕਨੀਕ ਨੇ ਇੰਨੀ ਤਰੱਕੀ ਕੀਤੀ ਹੈ ਸਾਇੰਸ ਨੇ ਇੰਨੀ ਤਰੱਕੀ ਕੀਤੀ ਹੈ ਕਈ ਕਿਈ ਦਿਨਾਂ ਦਾ ਪਹਿਲਾਂ ਹੀ ਵੈਦਰ ਅਸੀਂ ਚੈੱਕ ਕਰ ਲੈਨੇ ਹਾਂ ਸਮੁੰਦਰ ਦੇ ਵਿੱਚ ਜਾਣ ਵਾਲੇ ਲੋਕ ਜਿਹੜੇ ਨੇ ਉਹ ਵੈਦਰ ਚੈੱਕ ਕਰਕੇ ਫਿਰ ਸਮੁੰਦਰ ਦੇ ਵਿੱਚ ਅੱਜਕੱਲ ਜਾਇਆ ਕਰਦੇ ਨੇ ਪਹਿਲੇ ਇਨਸਾਨ ਬਿਨਾ ਕੁਝ ਚੈੱਕ ਕੀਤੇ ਆ ਬਿਨਾ ਕੁਝ ਜਾਣੇ ਆ ਸਮੁੰਦਰ ਦੇ ਵਿੱਚ ਚਲੇ ਜਾਇਆ ਕਰਦੇ ਸਨ ਤੇ ਜੇਕਰ ਇਹ ਬੇੜਾ ਸਮੁੰਦਰ ਦੀਆਂ ਘੁੰਮਣ ਘੇਰੀਆਂ ਦੇ ਵਿੱਚ ਫਸ ਵੀ ਗਿਆ ਤੇ ਜਿਹੜੇ ਤਾਂ ਉਸ ਨਿਰੰਕਾਰ ਦੇ ਨਾਲੋਂ ਟੁੱਟੇ ਹੋਇਆ ਕਰਦੇ ਸਨ ਉਹ ਤਾਂ ਉਹਨਾਂ ਦਾ ਡੁੱਬਣਾ ਨਿਸ਼ਚਿਤ ਹੋਇਆ ਕਰਦਾ ਸੀ ਬੇੜਾ ਉਹਨਾਂ ਦਾ ਤੇ ਜਿਹੜੇ ਇਨਸਾਨ ਉਸ ਨਿਰੰਕਾਰ ਦੇ ਨਾਲ ਜੁੜੇ ਹੁੰਦੇ ਸਨ ਮੱਖਣਸ਼ਾਲ ਲਵਾਣੇ ਵਰਗੇ ਉਹ ਫਿਰ ਅਰਦਾਸ ਕਰਿਆ ਕਰਦੇ ਨੇ ਉਹ ਸ਼ਕਾਲਪੁਰਖ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਜੁੜੇ ਹਾਂ ਤੇਰੇ ਚਰਨਾਂ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਮੇਰੇ ਬੇੜੇ ਨੂੰ ਡੁੱਬੜ ਨਾ ਦਿਓ। ਔਰ ਲਖਾ ਮਿਲ ਤਿਆ ਕਰਕੇ ਵੀ ਗੁਰਦੇਵ ਪਾਤਸ਼ਾਹ ਆਪਣੇ ਸਿੱਖ ਦੇ ਆਪਣੇ ਸੇਵਕ ਦੇ ਬੇੜੇ ਨੂੰ ਆਪ ਬੋਢਾ ਲਾ ਕਰਕੇ ਤਾਰ ਦਿੰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਲਖਾਂ ਕਰੋੜਾਂ ਲਹਿਰਾ ਆ ਜਾਣ ਹਨ। ਵਿਸ਼ਿਆ ਦੀਆਂ ਵਿਕਾਰਾਂ ਦੀਆਂ ਲਹਿਰਾਂ ਛੱਲਾ ਮਾਰਦੀਆਂ ਪਈਆਂ ਨੇ ਸੰਸਾਰ ਦੇ ਵਿੱਚ ਹੈ ਕੀ ਹੋਰ ਵਿਸ਼ੇ ਵਿਕਾਰਾਂ ਦੇ ਵਿੱਚ ਹੀ ਤਾਂ ਸਾਰੀ ਸ੍ਰਿਸ਼ਟੀ ਗਲਤਾਨ ਹੈ ਔਰ ਉਹਨਾਂ ਲਹਿਰਾਂ ਦੇ ਕਾਰਨ ਹੀ ਉਸ ਨਿਰੰਕਾਰ ਦੇ ਨਾਲੋਂ ਟੁੱਟੀ ਹੋਈ ਹੈ ਪਰ ਜੋ ਇਹ ਕਹਿੰਦੇ ਮੇਰਾ ਪਿਆਰਾ ਗੁਰੂ ਮੇਰੇ ਉੱਪਰ ਕਿਰਪਾ ਕਰ ਦੇਵੇ ਰਹਿਮਤ ਕਰ ਦੇਵੇ ਫਿਰ ਇਹ ਰਾ ਲਹਿਰਾਂ ਦੇ ਵਿੱਚੋਂ ਵੀ ਬਚਾ ਲਿਆ ਕਰਦਾ ਹੈ ਡੁੱਬੜ ਨਹੀਂ ਦਿੰਦਾ ਫਿਰ ਬੇੜਾ ਡੁੱਬਿਆ ਨਹੀਂ ਕਰਦਾ ਮਹੱਲਾ ਪੰਜਵਾ ਬਨ ਪਿਹਾਵਲੇ ਇੱਕ ਸਾਥੀ ਲਦਮ ਦੁਖ ਹਰਤਾ ਹਰ ਨਾਮਾ ਇਹ ਸੰਸਾਰ ਰੂਪੀ ਜੰਗਲ ਬੜਾ ਭਿਆਨਕ ਹੈ ਇਹ ਨਿਸ਼ਾਨ ਆਪਣੇ ਮਨ ਦੇ ਅੰਦਰ ਸੋਚ ਬਣਾਵੇ ਕਿਸੇ ਜੰਗਲ ਦੇ ਵਿੱਚ ਫਸ ਗਿਆ ਹੋਵੇ ਰਾਸਤਾ ਵਾਰ ਲਿਕਣ ਦਾ ਪਤਾ ਕੋਈ ਨਹੀਂ ਉਪਰ ਉਹ ਸਮਾਂ ਬਤੀਤ ਹੁੰਦਾ ਜਾ ਰਿਹਾ ਹੈ ਭਿਆਨਕ ਜੰਗਲ ਹੈ ਇਤਰਾ ਤਰਾਂ ਦੇ ਉਸ ਜੰਗਲ ਦੇ ਵਿੱਚ ਜਾਨਵਰ ਰਹਿੰਦੇ ਨੇ ਔਰ ਇਸ ਦੇ ਸਰੀਰ ਨੂੰ ਨੁਕਸਾਨ ਹੋਣ ਦਾ ਖਤਰਾ ਹੈ ਫਿਰ ਉਹ ਕੋਸ਼ਿਸ਼ ਉਸ ਦੀ ਹਰ ਸਮੇਂ ਪੁੱਖ ਵੀ ਮਿਟ ਜਾਇਆ ਕਰਦੀ ਹੈ ਪਿਆਸ ਵੀ ਮਿਟ ਜਾਇਆ ਕਰਦੀ ਹੈ ਸਿਰਫ ਤੇ ਸਿਰਫ ਕੋਸ਼ਿਸ਼ ਰਹਿੰਦੀ ਹੈ ਕਿ ਕਿਸੇ ਤਰੀਕੇ ਦੇ ਨਾਲ ਇਸ ਜੰਗਲ ਦੇ ਵਿੱਚੋਂ ਨਿਕਲਿਆ ਜਾਵੇ ਹੁਣ ਸਤਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਸੰਸਾਰ ਰੂਪੀ ਜੰਗਲ ਵੀ ਬੜਾ ਭਿਆਨਕ ਹੈ ਇਸ ਜੰਗਲ ਦੀਆਂ ਘੁੰਮਣ ਘੇਰੀਆਂ ਦੇ ਵਿੱਚ ਆ ਕਰਕੇ ਅਕਸਰ ਲੋਕ ਜਿਹੜੇ ਨੇ ਉਹ ਫਸ ਜਾਇਆ ਕਰਦੇ ਨੇ ਜੇ ਇਨਸਾਨ ਵਿਸ਼ੇਵਕਾਰਾਂ ਦੇ ਵਿੱਚੋਂ ਨਿਕਲ ਜਾਵੇ ਮੋਹ ਦੇ ਜਾਲ ਦੇ ਵਿੱਚ ਫਸ ਜਾਂਦਾ ਹੈ ਮੋਹ ਦੇ ਵਿੱਚੋਂ ਨਿਕਲਿਆ ਹੋਇਆ ਲੋਭ ਦੇ ਵਿੱਚ ਫਸ ਜਾਂਦਾ ਹੈ ਕਿਤੇ ਨਾ ਕਿਤੇ ਆਣ ਕਰਕੇ ਤਾਂ ਫਸਦਾ ਹੀ ਹੈ ਜਿਹੜਾ ਕੋਈ ਵਰਲਾ ਨਿਕਲਦਾ ਹੈ ਉਹਦੇ ਉੱਪਰ ਉਸ ਗੁਰੂ ਦੀ ਕਿਰਪਾ ਹੋਇਆ ਕਰਦੀ ਹੈ ਇੱਕ ਸਾਥੀ ਹੈ ਇਸ ਸੰਸਾਰ ਦੇ ਜੰਗਲ ਰੂਪੀ ਭਿਆਨਕ ਇਹਨਾਂ ਬਿਮਾਰੀਆਂ ਤੋਂ ਇਹਨਾਂ ਦੁੱਖਤਾ ਤੋਂ ਇਹਨਾਂ ਵਿਫਤਾ ਤੋਂ ਇਹਨਾਂ ਬਿਗਨਾਂ ਦੇ ਵਿੱਚੋਂ ਕੱਢਣ ਵਾਲਾ ਉਹ ਸਾਥੀ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਹਰ ਨਾਮਾ ਉਸ ਪਰਮਾਤਮਾ ਦਾ ਨਾਮ ਹੈ ਜੋ ਸਾਰੇ ਹੀ ਦੁੱਖਾਂ ਨੂੰ ਹਰਨ ਵਾਲਾ ਹੈ ਦੁੱਖਾਂ ਨੂੰ ਦੂਰ ਕਰਨ ਵਾਲਾ ਹੈ ਮਹਾਰਾਜ ਜੀ ਕਹਿੰਦੇ ਨੇ ਮੈਨੂੰ ਇੱਕ ਸਾਥੀ ਲੱਭਿਆ ਹੈ ਇਸ ਸੰਸਾਰ ਦੇ ਵਿੱਚ ਇਹੋ ਜਿਹਾ ਭਿਆਨਕ ਜੰਗਲ ਦੇ ਅੰਦਰ ਜਿਹੜਾ ਮੈਨੂੰ ਰਸਤਾ ਵੀ ਦਿਖਾਏਗਾ ਜਿਹੜਾ ਉਸ ਮਾਰਗ ਤੇ ਪਹੁੰਚਾ ਕਰਕੇ ਮੈਨੂੰ ਮੰਜ਼ਲ ਦੀ ਪ੍ਰਾਪਤੀ ਵੀ ਕਰਵਾਉਂਦਾ ਹੈ ਬਨ ਪਿਹਾਵਲੇ ਇੱਕ ਸਾਥੀ ਲੱਦਮ ਭਿਆਨਕ ਜੰਗਲ ਦੇ ਵਿੱਚ ਇੱਕ ਸਾਥੀ ਲੱਭਾ ਦੋਖ ਹਰਤਾ ਹਰਨਾਮਾ ਦੁੱਖ ਨੂੰ ਹਰਨ ਵਾਲਾ ਹੈ ਇਹ ਦੁਖੀ ਹੈ ਇਹ ਸੰਸਾਰ ਰੂਪੀ ਜੰਗਲ ਦੇ ਵਿੱਚ ਇਨਸਾਨ ਫਸਿਆ ਰਹੇ ਕਿਉਂਕਿ ਅਸੀਂ ਰੋਜ਼ਾਨਾ ਸੁਣਦੇ ਹਾਂ ਇਸ ਮਨੁੱਖਾ ਦੇਹੀ ਨੂੰ ਦੇਵਤੇ ਸਮਰਦੇ ਨੇ ਕਿਉਂਕਿ ਇਸ ਦੇਹੀ ਦੇ ਵਿੱਚੋਂ ਹੀ ਇਨਸਾਨ ਨੂੰ ਮੁਕਤੀ ਪ੍ਰਾਪਤ ਹੋਇਆ ਕਰਦੀ ਹੈ ਔਰ ਇਸ ਜਨਮ ਨੂੰ ਮੁਕਤੀ ਦੀ ਪ੍ਰਾਪਤੀ ਦੇ ਲਈ ਪ੍ਰਾਪਤ ਇਨਸਾਨ ਨੂੰ ਹੋਇਆ ਹੈ ਇਸ ਜਨਮ ਨੂੰ ਅਗਲ ਸਫਲ ਕਰ ਲਵੇ ਤੇ ਇਨਸਾਨ ਨੂੰ ਮੁਕਤੀ ਮਿਲਦੀ ਹੈ ਭਈ ਪ੍ਰਾਪਤ ਮਾਨੁਖ ਦੇਹ ਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ ਉਹ ਪਰਮਾਤਮਾ ਨੂੰ ਮਿਲਣ ਦੀ ਵਾਰੀ ਹੈ ਔਰ ਇਸ ਨੂੰ ਮਿਲਾਉਣ ਵਾਲਾ ਇੱਕ ਨਾਮਾ ਹੈ ਨਾਮ ਹੈ ਸਤਗੁਰੂ ਸੱਚੇ ਪਾਤਸ਼ਾਹ ਜੀ ਦਾ ਬਲ ਬਲ ਜਾਈ ਸੰਤ ਪਿਆਰੇ ਨਾਨਕ ਪੂਰਨ ਕਾਮਾ ਕਹਿੰਦੇ ਗੁਰੂ ਰੂਪ ਸੰਤ ਜਿਹੜੇ ਨੇ ਨਾ ਅਜਿਹੇ ਪਿਆਰ ਕਰਨ ਵਾਲੇ ਜਿਨ੍ਹਾਂ ਦੇ ਨਾਲ ਮਿਲਿਆ ਜੀਵਨ ਦਾ ਕਰਮ ਜਿਹੜਾ ਹੈ ਪੂਰਾ ਹੋ ਜਾਇਆ ਕਰਦਾ ਹੈ ਅਕਸਰ ਕੋਈ ਨਾ ਕੋਈ ਕਰਮਤਾ ਇਸ ਸੰਸਾਰ ਦੇ ਵਿੱਚ ਇੱਕ ਕਰਮ ਦੇ ਲਈ ਆਇਆ ਹੈ ਇਸ ਸੰਸਾਰ ਦੇ ਵਿੱਚ ਹੋਰ ਵੀ ਅਨੇਕਾਂ ਜੀਵ ਜੰਤੂ ਆਏ ਨੇ ਉਹਨਾਂ ਦਾ ਕਰਮ ਹੈ ਛਕਣਾ ਛਕਾਉਣਾ ਖਾ ਪੀ ਕਰਕੇ ਸੌ ਜਾਣਾ ਔਰ ਇਨਸਾਨ ਦੇ ਕੋਲ ਇਹੋ ਜੀ ਸੋਚ ਬਖਸ਼ਿਸ਼ ਕੀਤੀ ਹੈ ਇਹੋ ਜੀ ਸਮਝ ਸੋਝੀ ਬਖਸ਼ਿਸ਼ ਕੀਤੀ ਹੈ ਬਈ ਤੂੰ ਉਸ ਪਰਮਾਤਮਾ ਦਾ ਨਾਮ ਜਪ ਕਰਕੇ ਇਸ ਸੰਸਾਰ ਦੇ ਵਿੱਚੋਂ ਭਲੇਆ ਭਲੇ ਪ੍ਰਕਾਰ ਮੁਕਤ ਹੋ ਸਕਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਕਾਰਜ ਜਿਹੜੇ ਨੇ ਜੀਵਨ ਦੇ ਨਾਲ ਉਹ ਪੂਰਨ ਹੋ ਜਾਇਆ ਕਰਦੇ ਨੇ ਸੰਪੂਰਨ ਹੁੰਦੇ ਨੇ ਔਰ ਉਹਨਾਂ ਸੰਪੂਰਨ ਹੋਣ ਦਾ ਸ਼੍ਰੇ ਜਿਹੜਾ ਹੈ ਸਫਲਤਾ ਦੀ ਕੁੰਜੀ ਜਿਹੜੀ ਹੈ ਗੁਰੂ ਦੇ ਕੋਲ ਹੈ ਇਹੋ ਜੇ ਪਿਆਰੇ ਸੰਤ ਰੂਪ ਗੁਰੂ ਉਹਨਾਂ ਤੋਂ ਮੈਂ ਬਾਰ-ਬਾਰ ਕੁਰਬਾਨ ਜਾਂਦਾ ਹਾਂ ਜਿਹੜੇ ਇਸ ਭਵ ਸਾਗਰ ਤੋਂ ਸਹਿਜੇ ਇਨਸਾਨ ਨੂੰ ਕਢ ਲਿਆ ਕਰਦੇ ਨੇ ਪੌੜੀ ਪਾਇਨ ਸਭ ਨਿਧਾਨ ਤੇਰੇ ਰੰਗ ਰਤਿਆ ਇਨਸਾਨ ਪਦਾਰਥਾਂ ਨੂੰ ਇਕੱਠਿਆਂ ਕਰਦਾ ਹੈ ਤੋਂ ਦੌਲਤ ਨੂੰ ਇਕੱਠਾ ਕਰਦਾ ਹੈ ਔਰ ਜਿੰਨੀ ਦੇਰ ਤੱਕ ਇਸ ਦੇ ਜੀਵਨ ਦੇ ਵਿੱਚ ਵਿਸ਼ਵਾਸ ਨੇ ਇਸ ਦੇ ਸਰੀਰ ਦੇ ਵਿਸ਼ਵਾਸ ਨੇ ਉਨੀ ਦੇਰ ਤੱਕ ਇਹ ਇਕੱਠਿਆਂ ਕਰਦਾ ਰਹਿੰਦਾ ਹੈ ਲੋਭ ਦੇ ਵਿੱਚ ਆਣ ਕਰਕੇ ਲਾਲਚ ਦੇ ਵਿੱਚ ਆਣ ਕਰਕੇ ਪਰ ਸਤਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਨੇ ਨਾਮ ਰੂਪੀ ਰੰਗ ਨੂੰ ਇਕੱਠਿਆਂ ਕੀਤਾ ਹੈ ਉਹ ਖਜ਼ਾਨਾ ਇਕੱਠਾ ਕੀਤਾ ਹੈ ਜਿਹੜੇ ਉਸ ਪ੍ਰਮਾਤਮਾ ਦੇ ਨਾਮ ਰੂਪੀ ਰੰਗ ਦੇ ਵਿੱਚ ਆਪਣੇ ਮਨ ਨੂੰ ਰੰਗ ਲੈਂਦੇ ਨੇ ਉਹ ਹਰੇਕ ਪ੍ਰਕਾਰ ਦਾ ਖਜ਼ਾਨਾ ਪ੍ਰਾਪਤ ਕਰ ਲੈਂਦੇ ਨੇ ਪਾਇਨ ਸਭ ਨਿਧਾਨ ਨਿਧਾਨ ਦਾ ਅਰਥ ਹੋਇਆ ਕਰਦਾ ਹੈ ਖਜ਼ਾਨਾ ਸਾਰੇ ਪ੍ਰਕਾਰ ਦੇ ਖਜ਼ਾਨਿਆਂ ਦੀ ਉਹਨਾਂ ਨੂੰ ਪ੍ਰਾਪਤੀ ਹੋ ਜਾਂਦੀ ਹੈ ਜਿਨ੍ਹਾਂ ਦਾ ਜੀਵਨ ਜਿਨ੍ਹਾਂ ਦੀ ਜ਼ਿੰਦਗੀ ਜਿਨ੍ਹਾਂ ਦੇ ਸਵਾਸ ਜਿਨ੍ਹਾਂ ਦੇ ਪ੍ਰਾਣ ਉਸ ਨਿਰੰਕਾਰ ਦੇ ਨਾਮ ਦੇ ਨਾਲ ਰੰਗ ਹੋ ਜਾਇਆ ਕਰਦੇ ਨੇ ਹਮੇਸ਼ਾ ਸਵਾਸਾਂ ਦੇ ਵਿੱਚੋਂ ਉਸ ਪ੍ਰਮਾਤਮਾ ਦੇ ਨਾਮ ਦੀ ਵਡਿਆਈ ਹੁੰਦੀ ਹੈ ਹਮੇਸ਼ਾ ਆਪਣੇ ਸਵਾਸਾਂ ਦੇ ਨਾਲ ਉਹ ਜੀਵ ਉਸ ਪ੍ਰਮਾਤਮਾ ਦੇ ਨਾਮ ਨੂੰ ਜਪਦਾ ਹੈ ਹਰੇਕ ਪ੍ਰਕਾਰ ਦੇ ਖਜ਼ਾਨੇ ਦੀ ਪ੍ਰਾਪਤੀ ਹੋ ਜਾਇਆ ਕਰਦੀ ਹੈ ਬਖਸ਼ਿਸ਼ ਕਰਦੇ ਨੇ ਕਹਿੰਦੇ ਨਾ ਹੋਵੀ ਪਛੋਤਾਉ ਤੁਦ ਨੂੰ ਜਪਤਿਆਂ ਜਦੋਂ ਸੀ ਇਹ ਆਕਾਰਪੁਰਖ ਪ੍ਰਮਾਤਮਾ ਤੇਰਾ ਨਾਮ ਜਪਦੇ ਹਨ ਕਿਸੇ ਪ੍ਰਕਾਰ ਦਾ ਪਛਤਾਵਾ ਨਹੀਂ ਹੋਇਆ ਕਰਦਾ ਇਨਸਾਨ ਦੁਨੀਆ ਦੇ ਵਿੱਚ ਧਨ ਦੌਲਤ ਇਕੱਠਾ ਕਰੇ ਫਿਰ ਵੀ ਪਛਤਾਵੇ ਦਾ ਉਕ ਤੰਦੌਲਤ ਵੀ ਕਾਰਨ ਬਣ ਜਾਇਆ ਕਰਦਾ ਹੈ ਪ੍ਰਣਾਮ ਰੂਪੀ ਧਨ ਜਦੋਂ ਇਕੱਠਾ ਕਰਦਾ ਹੈ ਉਸ ਪ੍ਰਮਾਤਮਾ ਦੇ ਨਾਮ ਨੂੰ ਜਪਦਾ ਹੈ ਜੀਵਨ ਦੇ ਵਿੱਚ ਕਿਸੇ ਪ੍ਰਕਾਰ ਦਾ ਪਛੋਤਾਵਾ ਨਹੀਂ ਇਹ ਨਹੀਂ ਕਿ ਇਹ ਤਾਂ ਮੈਂ ਸਮਾਂ ਹੀ ਖਰਾਬ ਕਰ ਲਿਆ ਇਹ ਨਹੀਂ ਕਿ ਮੈਂ ਆਪਣੇ ਜੀਵਨ ਦੇ ਸਵਾਸ ਅਜਾਈਂ ਗਵਾ ਲਏ ਨਾਮ ਜਪਦੇ ਆ ਹੋਏ ਇਹਦੇ ਸਵਾਸ ਵੀ ਸਫਲ ਹੁੰਦੇ ਨੇ ਪਹੁੰਚ ਨਾ ਸਕੈ ਕੋਏ ਤੇਰੀ ਟੀਕ ਜਨ ਜਿਹੜੇ ਗੁਰਮੁਖ ਪਿਆਰੇ ਨੂੰ ਤੇਰਾ ਆਸਰਾ ਹੋਇਆ ਕਰਦਾ ਹੈ ਜਿਹੜਾ ਗੁਰਮੁਖ ਪਿਆਰਾ ਤੇਰੀ ਟੇਕ ਪ੍ਰਾਪਤ ਕਰ ਲਿਆ ਕਰਦਾ ਹੈ ਆਸਰਾ ਪ੍ਰਾਪਤ ਕਰ ਲਿਆ ਕਰਦਾ ਹੈ ਵਿਸ਼ੇ ਵਿਕਾਰਾਂ ਦੀ ਪਹੁੰਚ ਉਹਦੇ ਕੋਲ ਪਹੁੰਚ ਨਹੀਂ ਸਕਦੀ ਕਿਸੇ ਪ੍ਰਕਾਰ ਦੇ ਵਿਸ਼ੇ ਵਿਕਾਰ ਉਹਦੇ ਜੀਵਨ ਨੂੰ ਡੋਲਣ ਨਹੀਂ ਦਿੰਦੇ ਕਿਸੇ ਪ੍ਰਕਾਰ ਦੀਆਂ ਕਮੀਆਂ ਉਹਦੇ ਜੀਵਨ ਦੇ ਵਿੱਚ ਨਹੀਂ ਪਹੁੰਚ ਬਣਾ ਸਕਦੀਆਂ ਜਿਹੜਾ ਤੇਰੇ ਨਾਮ ਦੀ ਟੇਕ ਲੈ ਲਿਆ ਕਰਦਾ ਹੈ ਗੁਰਪੂਰੇ ਵਾਹ ਵਾਹ ਸੁਖ ਲਹਾ ਚਿਤਾਰ ਮਨ ਕਹਿੰਦੇ ਮਨ ਦੇ ਅੰਦਰ ਉਸ ਪ੍ਰਮਾਤਮਾ ਨੂੰ ਵਾਰ-ਵਾਰ ਚਿਤਾਰਦਾ ਰਹਾ ਯਾਦ ਕਰਦਾ ਰਹਾ ਤਾਂ ਹਰੇਕ ਪ੍ਰਕਾਰ ਦਾ ਸੋਕੇ ਸੰਸਾਰ ਦੇ ਵਿੱਚ ਪ੍ਰਾਪਤ ਕਰ ਲੈਂਦਾ ਹਾਂ ਗੁਰਪੂਰੇ ਵਾਹ ਵਾਹ ਉਹ ਹੁਣਾ ਕਿਉਂ ਹੈ ਸੁਖ ਮਿਲਣਾ ਕਿਉਂ ਹੈ ਕਹਿੰਦੇ ਪੂਰੇ ਗੁਰੂ ਦਵਾਰਾ ਦੇਸ਼ ਕਰਕੇ ਪੂਰੇ ਗੁਰੂ ਦੀ ਵਡਿਆਈ ਕਰਨੀ ਬਣਦੀ ਹੈ ਧੰ ਹੈ ਗੁਰਦੇਵ ਧੰ ਹੈ ਗੁਰੂ ਪਤਸ਼ਾ ਅੱਗੇ ਬਖਸ਼ਿਸ਼ ਕਰਦੇ ਨੇ ਕਹਿੰਦੇ ਗੁਰ ਪੈ ਸਿਫਤ ਭੰਡਾਰ ਕਰਮੀ ਪਾਈ ਹੈ ਗੁਰੂ ਦੇ ਕੋਲ ਉਸ ਨਿਰੰਕਾਰ ਦੀ ਵਡਿਆਈ ਉਸ ਦੀ ਸਿਫਤ ਉਸ ਦੀ ਉਸਤਦੀ ਦੇ ਭੰਡਾਰ ਬਣੇ ਹੋਏ ਨੇ ਗੁਰੂ ਦੇ ਕੋਲ ਉਹ ਢੰਡਾਰੇ ਨੇ ਜਿਨ੍ਹਾਂ ਦੇ ਵਿੱਚ ਉਸ ਨਿਰੰਕਾਰ ਦੀ ਸ਼ਿਫਤ ਹੋ ਸਕਦੀ ਹੈ ਪਰ ਉਹ ਸ਼ਿਫਤੀ ਰੂਪੀ ਢੰਡਾਰਿਆਂ ਦੀ ਪ੍ਰਾਪਤੀ ਭਾਗਾਂ ਦੇ ਨਾਲ ਪ੍ਰਾਪਤ ਹੋਇਆ ਕਰਦੀ ਹੈ ਚੰਗੇ ਭਾਗ ਹੋਣ ਅਤ ਦਰਜੇ ਦੇ ਵੱਡੇ ਭਾਗ ਹੋਣ ਤਾਂ ਜਾ ਕਰਕੇ ਉਸ ਨਿਰੰਕਾਰ ਦੀ ਸ਼ਿਫਤ ਇਸ ਮੁਖ ਦੇ ਵਿੱਚੋਂ ਨਿਕਲਿਆ ਕਰਦੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਕਹਿੰਦੇ ਗੁਰੂ ਦੇ ਕੋਲ ਉਹ ਢੰਡਾਰੇ ਨੇ ਗੁਰੂ ਕਿਰਪਾ ਕਰਦਾ ਹੈ ਵੱਡੇ ਭਾਗਾਂ ਦੇ ਨਾਲ ਉਹ ਸਿਫਤੀ ਰੂਪੀ Bhandariyan ਦੀ ਪ੍ਰਾਪਤੀ ਕਰਦਾ ਹੈ ਫਿਰ ਇਨਸਾਨ ਉਸ ਨਿਰੰਕਾਰ ਦੀ ਸਿਫਤ ਕਰਦਾ ਹੈ ਸਤਗੁਰ ਨਦਰ ਨਿਹਾਲ ਬੋੜਨਾ ਧਾਈ ਐ ਤਦੋਂ ਗੁਰੂ ਆਪਣੀ ਨਦਰ ਦੇ ਨਾਲ ਨਿਹਾਲ ਕਰ ਦਿਆ ਕਰਦਾ ਹੈ ਕਿਰਪਾ ਦ੍ਰਿਸ਼ਟੀ ਕਰਦਾ ਹੈ ਰਹਿਮਤ ਕਰਦਾ ਹੈ ਬਖਸ਼ਿਸ਼ ਕਰਦਾ ਹੈ ਨਦਰ ਕਹਿੰਦੇ ਨੇ ਬਖਸ਼ਿਸ਼ ਨੂੰ ਨਦਰ ਦਾ ਭਾਵ ਹੋਇਆ ਕਰਦਾ ਹੈ ਰਹਿਮਤ ਜਿਸ ਸਮੇ ਗੁਰਦੇਵ ਪਾਤਸ਼ਾਹ ਜੀ ਰਹਿਮਤ ਕਰਦੇ ਨੇ ਬਖਸ਼ਿਸ਼ ਕਰਦੇ ਨੇ ਨਜ਼ਰ ਕਰਦੇ ਨੇ ਬਹੁੜ ਨਤਾਈ ਹੈ ਫਿਰ ਇਨਸਾਨ ਦੇ ਜੀਵਨ ਦੇ ਵਿੱਚੋਂ ਇੱਧਰ ਉੱਧਰ ਦੀ ਦੌੜ ਜਿਹੜੀ ਹੈ ਉਹ ਖਤਮ ਹੋ ਜਾਇਆ ਕਰਦੀ ਹੈ ਇਨਸਾਨ ਕੁਝ ਪ੍ਰਾਪਤੀ ਦੇ ਲਈ ਫਿਰ ਇੱਧਰ ਉੱਧਰ ਨਹੀਂ ਦੌੜਦਾ ਜਦੋਂ ਗੁਰੂ ਆਪਣੀ ਨਦਰ ਦੇ ਨਾਲ ਨਿਹਾਲ ਕਰਕੇ ਇਸ ਨਸਾਨ ਦੇ ਜੀਵਨ ਦੇ ਵਿੱਚ ਸੁੱਖਾਂ ਦੀ ਬਖਸ਼ਿਸ਼ ਕਰ ਦਿਆ ਕਰਦਾ ਹੈ। ਰਹਿਮਤ ਕੀਤੀ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਭਾਈ ਲਹਿਣਾ ਜੀ ਉੱਪਰ ਔਰ ਉਸ ਰਹਿਮਤ ਦਾ ਸਦਕਾ ਉਸ ਬਖਸ਼ਿਸ਼ ਦਾ ਸਦਕਾ ਗੁਰਦੇਵ ਪਾਤਸ਼ਾਹ ਜੀ ਦੀ ਪਦਵੀ ਪ੍ਰਾਪਤ ਹੋਈ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ। ਜਿਹੜੇ ਜੀਵਨ ਦੇ ਵਿੱਚ ਪਹਿਲੋਂ ਪਟਕਣਾ ਬਣੀ ਹੋਈ ਸੀ ਉਹ ਪਟਕਣਾ ਸਮਾਪਤ ਹੋ ਗਈ। ਔਰ ਇਸੇ ਪ੍ਰਕਾਰ ਗੁਰੂ ਨੇ ਆਪਣੇ ਹੋਰ ਗੁਰਸਿੱਖਾਂ ਦੇ ਉੱਪਰ ਵੀ ਰਹਿਮਤ ਕੀਤੀ। ਮਨ ਪਟਕਦਾ ਸੀ ਦੁਨੀਆਂ ਦੇ ਪਦਾਰਥ ਇਕੱਠੇ ਕਰਨ ਦੇ ਲਈ। ਔਰ ਪਦਾਰਥਾਂ ਦੇ ਉੱਪਰ ਪਹੁੰਚ ਬਣਾਉਣ ਦੇ ਲਈ ਜੇ ਇਨਸਾਨ ਦੀ ਤਾਕਤ ਦੇ ਨਾਲ ਨਹੀਂ ਪਹੁੰਚ ਬਣਦੀ ਫਿਰ ਇਨਸਾਨ ਦੁਨੀਆਂ ਦੀ ਨਜ਼ਰ ਤੋਂ ਛੁਪਾਖਰ ਕੇ ਉਹ ਪਦਾਰਥ ਇਕੱਠੇ ਕਰਨ ਦੀ ਕੋਸ਼ਿਸ਼ ਕਰਦਾ ਹੈ। ਦੁਨੀਆਂ ਦੀ ਨਜ਼ਰ ਤੋਂ ਲੁਕਦਾ ਹੈ, ਚੋਰੀਆਂ ਕਰਦਾ ਹੈ। ਪਾਹੀ ਵਿਧੀ ਚੰਦ ਵਰਗੇ ਗੁਰਮੁਖ ਪਿਆਰੇ ਜਿਨ੍ਹਾਂ ਦੇ ਉੱਪਰ ਗੁਰੂ ਦੀ ਨਜ਼ਰ ਹੋਈ ਗੁਰੂ ਦੀ ਕਿਰਪਾ ਹੋਈ ਆਪਣਾ ਜੀਵਨ ਹੀ ਬਦਲ ਕਰਕੇ ਰੱਖ ਦਿੱਤਾ ਲੋਕ ਚੋਰ ਚੋਰ ਕਿਆ ਕਰਦੇ ਸਨ ਤੇ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਨਜ਼ਰ ਦੇ ਵਿੱਚ ਬ੍ਰਹਮ ਗਿਆਨੀ ਦੀ ਪਦਵੀ ਪ੍ਰਾਪਤ ਕੀਤੀ ਸਦਾ ਵਾਸਤੇ ਇਸ ਦੁਨੀਆ ਦੇ ਸਫਲ ਹੋ ਗਏ ਹੁਣ ਸਤਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਕਹਿੰਦੇ ਫੇਰ ਇਨਸਾਨ ਇੱਧਰ ਉੱਧਰ ਦੌੜਿਆ ਨਹੀਂ ਕਰਦਾ ਰੱਖੇ ਆਪ ਦੇ ਹਾਲ ਕਰਦਾ ਸਾਂ ਆਪਣੇ ਫਿਰ ਉਹ ਗੁਰਦੇਵ ਪਾਤਸ਼ਾਹ ਜੀ ਦਿਆਲੂ ਪਾਤਸ਼ਾਹ ਆਪੇ ਕਿਰਪਾ ਕਰ ਦਿੰਦੇ ਨੇ ਆਪਣੇ ਦਾਸਾਂ ਦੇ ਉੱਪਰ ਮਿਹਰ ਦੀ ਨਜ਼ਰ ਰੱਖਦੇ ਨੇ ਆਪ ਹੀ ਉਹਨਾਂ ਦਾ ਮਨ ਜਿਹੜਾ ਹੈ ਉਸ ਨਿਰੰਕਾਰ ਦੇ ਚਰਨਾਂ ਦੇ ਨਾਲ ਟਿਕਾ ਕਰਕੇ ਰੱਖਦੇ ਨੇ ਰੱਖੇ ਆਪ ਆਪ ਰੱਖਿਆ ਕਰਦੇ ਨੇ ਰਾਖਾ ਏਕ ਹਮਾਰਾ ਸੁਆਮੀ ਸਗਲ ਕਟਾਕਾਂ ਅੰਤਰਜਾਮੀ ਉਹ ਰੱਖਿਆ ਕਰਨ ਵਾਲਾ ਸਤਿਗੁਰੂ ਆਪਣੇ ਸੇਵਕਾਂ ਦੀ ਫਿਰ ਆਪ ਰੱਖਿਆ ਕਰਦਾ ਹੈ ਹਰ 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 ਨਾਮ ਜੀਵਾਂ ਸੁਣ ਸੁਣੇ ਤੇ ਕਹਿੰਦੇ ਸੇਵਕ ਦੇ ਜੀਵਨ ਦੇ ਵਿੱਚ ਵੀ ਇਹੋ ਜਿਹਾ ਬਦਲਾਅ ਆਇਆ ਕਰਦਾ ਹੈ बार-बार ਆਪਣੀ ਰਸਨਾ ਤੋਂ ਹਰ 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 ਬਾਹ ਵਾਹਿਗੁਰੂ 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 ਇਹ ਉਚਾਰਨ ਕਰਦਾ ਹੈ ਨਾਮ ਉਸ ਪ੍ਰਮਾਤਮਾ ਦਾ ਉਚਾਰਨ ਕਰਦਾ ਹੋਇਆ ਜਾਂ ਜੀਵਾ ਸੁਣ ਸੁਣੇ ਜਾਂ ਜਿਉਂਦਾ ਉਸ ਪ੍ਰਮਾਤਮਾ ਦਾ ਨਾਮ ਜਪ ਕਰਕੇ ਸੁਣ ਕਰਕੇ ਹੀ ਹੈ ਉਹਦੇ ਜੀਵਨ ਦੇ ਵਿੱਚ ਸਿਰਫ ਤੇ ਸਿਰਫ ਨਾਮ ਜਪਣਾ ਤੇ ਨਾਮ ਸੁਣਨਾ ਸੁਣਨਾ ਬੜਾ ਮਹੱਤਵ ਹੈ ਨਾਮ ਜਪਣ ਦਾ ਵੀ ਬੜਾ ਮਹੱਤਵ ਹੈ ਇਨਸਾਨ ਆਪ ਜਪਦਿਆਂ ਹੋਇਆਂ ਵੀ ਸੁਣ ਸਕਦਾ ਹੈ ਜਦੋਂ ਇਨਸਾਨ ਆਪ ਆਪਣੇ ਮੁਖ ਦੇ ਵਿੱਚੋਂ ਉਚਾਰਨ ਕਰਦਿਆਂ ਹੋਇਆਂ ਆਪ ਹੀ ਸੁਣਦਾ ਹੈ ਤੇ ਇਹਦੇ ਜੀਵਨ ਦੇ ਅੰਦਰ ਉਹ ਅਕਾਲ ਪੁਰਖ ਪਰਮਾਤਮਾ ਆਪ ਮਿਹਰ ਦੀ ਨਜ਼ਰ ਕਰਕੇ ਆਪਣੇ ਚਰਨਾਂ ਦੇ ਨਾਲ ਜੋੜ ਕਰਕੇ ਸਫਲ ਕਰ ਲੈਂਦੇ ਨੇ ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਸੁਖਨਾਮੇ ਦੇ ਵਿੱਚ ਗੁਰੂ ਦੀ ਨਦਰ ਦੀ ਗੱਲ ਕੀਤੀ ਹੈ ਗੁਰੂ ਦੀ ਕਿਰਪਾ ਦ੍ਰਿਸ਼ਟੀ ਦੀ ਗੱਲ ਕੀਤੀ ਹੈ ਵੀ ਜਿਸ ਸਮੇਂ ਸਤਿਗੁਰੂ ਅਕਾਲ ਪੁਰਖ ਪਰਮਾਤਮਾ ਬਖਸ਼ਿਸ਼ ਕਰਦੇ ਨੇ ਗੁਰੂ ਨਦਰ ਕਰ ਦਿਆ ਕਰਦਾ ਹੈ ਗੁਰੂ ਕਿਰਪਾ ਦ੍ਰਿਸ਼ਟੀ ਕਰਦਾ ਹੈ ਤੇ ਉਸ ਨਿਰੰਕਾਰ ਦੇ ਨਾਲ ਇਸ ਨੂੰ ਮਿਲਾਪ ਬਖਸ਼ਿਸ਼ ਕਰ ਦਿੰਦਾ ਹੈ ਇਹਦਾ ਟਿਕਾਣਾ ਫਿਰ ਪਲਾ ਸਥਾਨ ਬਣ ਜਾਇਆ ਕਰਦਾ ਹੈ ਆਪਣੇ ਜੀਵਨ ਦੇ ਵਿੱਚ ਇੱਕ ਦੀ ਡੋਲਦਾ ਨਹੀਂ ਆਪਣੇ ਜੀਵਨ ਦੇ ਵਿੱਚ ਸਫਲਤਾ ਦੇ ਵਾਰ ਮਾਰਗ ਤੇ ਚਲਦੇ ਆ ਹੋਇਆ ਇਸ ਮਨੁੱਖਾ ਜਨਮ ਨੂੰ ਸਫਲ ਕਰਕੇ ਇਹ ਸੰਸਾਰ ਦੇ ਅੰਦਰ ਉੱਚੀ ਪਦਵੀ ਪ੍ਰਾਪਤ ਕਰਦਾ ਹੈ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਅੱਜ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤ ਸਰੋਵਰ ਵਿਖੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕਰਦਿਆਂ ਹੋਏ ਹੁਕਮਨਾਮੇ ਦੀ ਕਿਰਪਾ ਕੀਤੀ ਉਸ ਦੀ ਵਿਚਾਰ ਆਪ ਜੀ ਦੇ ਸਾਹਮਣੇ ਰੱਖੀ ਹੈ ਵਿਚਾਰ ਕਰਦਿਆਂ अनेका ਹੀ ਪ੍ਰਕਾਰ ਦੀਆਂ ਪੁੱਲਾਂ ਚੁੱਕਾ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕਰਕੇ ਖਿਮਾ ਬਖਸ਼ਿਸ਼ ਕਰਨੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਣ ਹਾਰ ਹਨ ਬਖਸ਼ ਲੈਣਾ ਬਖਸ਼ ਲੈਣਾ ਜੀ ਸਾਧ ਸੰਗਤ ਬਖਸ਼ਣਾ ਹਾਰ ਹੈ ਬਖਸ਼ ਦੇਣਾ ਦੇਹੋ ਸੱਜਣ ਅਸੀਸੜੀਆਂ ਜੋ ਹੋਵੈ ਸਭ ਸੋ ਮੇਲ ਨੇਖੇ ਕਤੈ ਨੇ ਛੁੱਟੀ ਆ ਖਿੰਖਿਨ ਖਿੰ ਉਪਰ ਲੜਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਫਤਿ ਬਲੌ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ